ਮੇਰਾ ਨਾਮ ਜੀਵਨ ਕੁਮਾਰ ਜਿੰਦਲ ਹੈ। ਬੇਸਿਕਲੀ ਮੈਂ ਬਠਿੰਡੇ ਦਾ ਰਹਿਣ ਵਾਲਾ ਹਾਂ। ਮੈਨੂੰ ਬੀ ਪੀ ਦੀ ਵੀ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਹੈ ਔਰ ਮੇਰੇ ਸੀ ਪੈਪ 2.5 ਸਾਲ ਤੋਂ ਲੱਗੀ ਹੋਈ ਹੈ, ਲੇਕਿਨ ਅੱਜ ਮੈਨੂੰ ਪਤਾ ਲੱਗਿਆ ਮੈਨੂੰ ਸ਼ੂਗਰ ਵੀ ਹੈ। ਹੁਣ ਮੇਰਾ ਵਜ਼ਨ 155 ਹੈ ਔਰ ਮੈਂ ਡਾਕਟਰ ਕੁਲਾਰ ਕੋਲ ਬਰੈਟਰਿਕ ਸਰਜਰੀ ਬਾਈਪਾਸ ਕਰਾਉਣ ਵਾਸਤੇ ਆਇਆ ਹਾਂ। ਅੱਜ 5 ਵਜੇ ਮੇਰਾ ਆਪਰੇਸ਼ਨ ਹੋਇਆ ਹੈ ਅਤੇ ਮੈਨੂੰ ਆਪਰੇਸ਼ਨ ਦਾ ਕੋਈ ਪਤਾ ਨਹੀਂ ਲੱਗਿਆ। ਹੁਣ ਮੈਂ ਰਿਕਵਰੀ ਰੂਮ 'ਚ ਹਾਂ। ਹੁਣ ਮੈਂ ਉੱਠ ਕੇ 2 ਗੇੜੇ ਵੀ ਦਿੱਤੇ ਹੈ ਅਤੇ ਆਪਣੇ ਆਪ ਜੁਰਨ ਜਾ ਕੇ ਆਇਆ ਹਾਂ। ਮੈਂ ਅੱਗੇ ਨਾਲੋਂ ਬੈਟਰ ਮਹਿਸੂਸ ਕਰ ਰਿਹਾ ਹਾਂ। ਮੈਂ ਡਾਕਟਰ ਕੁਲਾਰ ਕੋਲ ਕੱਲ੍ਹ ਐਡਮਿਟ ਹੋਇਆ ਸੀ। ਉਹਨਾਂ ਨੇ ਅੱਜ ਮੇਰੀ ਸਰਜਰੀ ਕੀਤੀ। ਹੁਣ ਮੈਂ ਆਪਦੇ ਰੂਮ ਵਿੱਚ ਹਾਂ ਅਤੇ ਮੈਨੂੰ ਡਾਕਟਰ ਸਾਹਿਬ ਨੇ ਸਿਪ ਕਰਕੇ ਪਾਣੀ 3-4 ਵਾਰੀ ਮੈਂ ਲਿਆ। ਮੈਨੂੰ ਕੋਈ ਵੋਮਿਟਿੰਗ ਦੀ ਫੀਲਿੰਗ ਨਹੀਂ ਹੋ ਰਹੀ। ਹੁਣ ਡਾਕਟਰ ਸਾਹਿਬ ਰਿਕਮੈਂਡ ਕਰਕੇ ਗਏ ਹੈ ਲੈਮਨ ਪਾਣੀ ਅਤੇ ਮੈਂ ਉਹਦੀ ਵੀ ਸਿਪ ਪੀਤੀ ਹੈ। ਮੈਨੂੰ ਕੋਈ ਇਸ ਟਾਈਮ ਪੇਨ ਨਹੀਂ ਹੈ, ਨਾ ਹੀ ਮੇਰੇ ਸੁਬਹਾ ਪੇਨ ਸੀ, ਨਾ ਹੀ ਮੇਰੇ ਹੁਣ ਪੇਨ ਹੈ। ਮੈਂ 3-4 ਵਾਰੀ ਗੇੜੇ ਵੀ ਦਿੱਤੇ ਹੈ, ਮੈਨੂੰ ਬੈਟਰ ਫੀਲ ਹੋ ਰਿਹਾ। ਕੁਲਾਰ ਹਸਪੀਟਲ ਪ੍ਰਾਈਵੇਟ ਲਿਮਿਟਡ, GT ਰੋਡ, ਖੰਨਾ, ਪੰਜਾਬ। A trusted brand for weight loss surgery with US certified surgeons having maximum experience in Asia.